ਇਹ ਦੱਸੋ ਵੀ ਇਹ ਜਿਹੜਾ ਕਹਿੰਦੇ ਵੀ $1,00,000 ਕੈਨੇਡਾ ਦਾ ਉਹ ਲੈ ਆਓ ਅਤੇ PR ਜਿਹੜੀ ਉਹ ਪਰਿਵਾਰ ਸਮੇਤ ਕਰਾ ਦਿਆਂਗੇ। ਇਹ ਕੀ ਚੀਜ਼ ਹੈ ਜੀ, $1,00,000 ਦੇ ਵਿੱਚ ਕੈਨੇਡਾ PR ਵੇਚ ਰਿਹਾ ਜਾਂ ਕੀ ਚੱਕਰ ਹੈ? ਇਹ ਜਿਹੜੀ ਇੱਕ ਅਧੂਰੀ ਇਨਫੋਰਮੇਸ਼ਨ ਹੈਗੀ ਆ ਜੀ, ਜਿਹੜੀ $1,00,000 ਵਾਲੀ ਚੱਲਦੀ ਆ ਟਿਕਟੋਕ 'ਤੇ ਜਾਂ ਸੋਸ਼ਲ ਮੀਡੀਆ 'ਤੇ। ਇਹਦੇ ਵਿੱਚ ਪਹਿਲਾਂ ਹੁੰਦਾ ਸੀ ਵੀ ਜੇ ਤੁਸੀਂ $2,00,000 ਦੀ ਇਨਵੈਸਟਮੈਂਟ ਕਰਦੇ ਹੋ ਤਾਂ ਅਲਬਰਟਾ ਦੇ ਵਿੱਚ ਤੁਸੀਂ ਜਿਹੜਾ ਹੈਗਾ ਪਰਿਵਾਰ ਸਮੇਤ ਜਿਹੜੀ PR ਲੈ ਸਕਦੇ ਹੈ। ਪਰ ਇਹ ਜਿਵੇਂ ਆਪਾਂ ਨੂੰ ਸੁਣਨ ਤੋਂ ਲੱਗਦਾ ਇਹ ਬਿਲਕੁਲ ਪ੍ਰੋਸੈਸ ਇੰਨਾ ਸੌਖਾ ਨਹੀਂ ਹੈਗਾ ਜੀ। ਇੱਕ ਮੇਨ ਗੱਲ ਜਿਹੜੀ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਉਹ ਇੱਦਾਂ ਹੈਗਾ ਵੀ ਤੁਹਾਨੂੰ ਪਹਿਲਾਂ ਓਪਨ ਵਰਕ ਪਰਮਿਟ ਮਿਲਣਾ, ਇਹ ਨਹੀਂ ਹੈਗਾ ਵੀ ਤੁਹਾਨੂੰ ਡਾਇਰੈਕਟ PR ਮਿਲ ਜਾਣੀ ਆ। ਤੁਹਾਨੂੰ ਪਹਿਲਾਂ ਓਪਨ ਵਰਕ ਪਰਮਿਟ ਮਿਲਣਾ, ਤੁਸੀਂ ਇੱਥੇ ਆ ਕੇ ਆਪਦਾ ਬਿਜ਼ਨਸ 'ਚ ਇਨਵੈਸਟ ਕਰੋਗੇ, ਉਹਨੂੰ ਚਲਾਵੋਗੇ, ਉਸ ਤੋਂ ਬਾਅਦ ਤੁਹਾਡੀ PR ਅਲਬਰਟਾ ਦੇ ਵਿੱਚ ਹੋਣੀ। ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ, ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ TV, ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਅਤੇ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਇਮੀਗ੍ਰੇਸ਼ਨ ਨਾਲ ਰਿਲੇਟਡ। ਇੱਕ ਪਿਛਲੇ ਦਿਨਾਂ ਤੋਂ ਮੇਰਾ ਖਿਆਲ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਚੱਕਰ ਚੱਲ ਰਿਹਾ, ਉਹ ਕੈਨੇਡਾ 'ਚ ਵੀ ਹੈ, ਪੰਜਾਬ ਵਾਲੇ ਪਾਸੇ ਵੀ ਹੈ, ਹੋਰ ਵੀ ਜੇ ਕਿਤੇ ਉਹ ਲਿੰਕ ਪਹੁੰਚਿਆ ਹੋਇਆ ਅਤੇ ਸ਼ਾਇਦ ਚਰਚਾ ਤੁਸੀਂ ਵੀ ਸੁਣੀ ਹੋਵੇ। ਉਹ ਕਹਿੰਦੇ ਵੀ $1,00,000 ਜਿਹੜਾ ਜੀ ਉਹ ਤੁਸੀਂ ਲੈ ਆਓ ਅਤੇ ਕੈਨੇਡਾ ਦੇ ਅਲਬਰਟਾ ਪ੍ਰੋਵਿੰਸ ਦੇ ਵਿੱਚ ਆਪਾਂ ਤੁਹਾਨੂੰ PR ਲੈ ਦਿੰਦੇ ਹਾਂ। ਹੁਣ ਬੰਦਾ ਸੋਚਦਾ ਵੀ ਪਰਿਵਾਰ ਸਮੇਤ $1,00,000 ਦੇ ਵਿੱਚ PR ਮਿਲ ਜਾਣੀ ਆ, ਇਹ ਕੀ ਕਹਾਣੀ ਆ? ਇਹ ਸਾਰਾ ਕੁਝ ਸਮਝਣ ਦੇ ਲਈ ਅੱਜ ਆਪਾਂ ਹਰਕਿਰਨ ਗਰੇਵਾਲ ਹੁਰੀ ਫਾਰਗੋ ਇਮੀਗ੍ਰੇਸ਼ਨ ਤੋਂ ਆਪਣੇ ਨਾਲ ਨੇ ਉਹਨਾਂ ਨੂੰ ਸੰਪਰਕ ਕਰਨ ਕੀਤਾ। ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰਾਈਮੇਸ਼ੀਆ TV 'ਤੇ। ਹਾਂਜੀ, ਥੈਂਕ ਯੂ ਸੋ ਮਚ ਜੀ, ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਗੱਲ ਇਹ ਆ, ਇਹ ਦੱਸੋ ਵੀ ਇਹ ਜਿਹੜਾ ਕਹਿੰਦੇ ਵੀ $1,00,000 ਕੈਨੇਡਾ ਦਾ ਉਹ ਲੈ ਆਓ ਅਤੇ PR ਜਿਹੜੀ ਉਹ ਪਰਿਵਾਰ ਸਮੇਤ ਕਰਾ ਦਿਆਂਗੇ, ਇਹ ਕੀ ਚੀਜ਼ ਹੈ ਜੀ? $1,00,000 ਦੇ ਵਿੱਚ ਕੈਨੇਡਾ PR ਵੇਚ ਰਿਹਾ ਜਾਂ ਕੀ ਚੱਕਰ ਹੈ ਇਹ? ਬਿਲਕੁਲ ਜੀ, ਇਹ ਕਾਫੀ ਸਾਨੂੰ ਕਾਲਸ ਵੀ ਇਹਦੇ ਰਿਲੇਟਡ ਆਈਆਂ ਨੇ ਜਾਂ ਹੋਰ ਵੀ ਕਈ ਕੰਸਰਨ ਨੇ। ਇਹ ਜਿਹੜੀ ਇੱਕ ਅਧੂਰੀ ਇਨਫੋਰਮੇਸ਼ਨ ਹੈਗੀ ਆ ਜੀ, ਜਿਹੜੀ $1,00,000 ਵਾਲੀ ਚੱਲਦੀ ਆ ਟਿਕਟੋਕ 'ਤੇ ਜਾਂ ਸੋਸ਼ਲ ਮੀਡੀਆ 'ਤੇ, ਇੱਕ ਅਧੂਰੀ ਇਨਫੋਰਮੇਸ਼ਨ ਹੈਗੀ ਆ। ਐਕਚੁਲੀ ਜਿਹੜਾ ਇੱਦਾਂ ਕੀਤਾ ਜੀ, ਅਲਬਰਟਾ ਗੌਰਮੈਂਟ ਨੇ ਇੱਦਾਂ ਕੀਤਾ ਹੈਗਾ, ਇਹ ਪ੍ਰੋਗਰਾਮ ਪਹਿਲਾਂ ਤੋਂ ਚੱਲ ਰਿਹਾ ਸੀਗਾ। ਇਹਦੇ ਵਿੱਚ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਸੀਗਾ ਜੀ, ਉਹਦੇ ਇੱਕ ਜਿਹੜਾ ਹੈ ਉਹਦੀ ਇੱਕ ਸਟਰੀਮ ਹੈਗੀ ਆ ਜਿਹੜੀ ਹੈਗੀ ਆ ਕਿ ਰੂਰਲ ਇੰਟਰਪ੍ਰੈਨਿਓਰ ਸਟਰੀਮ ਆ। ਇਹਦੇ ਵਿੱਚ ਪਹਿਲਾਂ ਹੁੰਦਾ ਸੀ ਵੀ ਜੇ ਤੁਸੀਂ $2,00,000 ਦੀ ਇਨਵੈਸਟਮੈਂਟ ਕਰਦੇ ਹੋ ਤਾਂ ਅਲਬਰਟਾ ਦੇ ਵਿੱਚ ਤੁਸੀਂ ਜਿਹੜਾ ਹੈਗਾ ਪਰਿਵਾਰ ਸਮੇਤ ਜਿਹੜੀ PR ਲੈ ਸਕਦੇ ਹੈਗੇ ਹੋ। ਪਰ ਇਹ ਜਿਵੇਂ ਆਪਾਂ ਨੂੰ ਸੁਣਨ ਤੋਂ ਲੱਗਦਾ ਇਹ ਬਿਲਕੁਲ ਪ੍ਰੋਸੈਸ ਇੰਨਾ ਸੌਖਾ ਨਹੀਂ ਹੈਗਾ ਜੀ, ਵੀ ਤੁਸੀਂ $1,00,000 ਦੇਣਾ ਅਤੇ PR ਮਿਲ ਜਾਣੀ ਆ। ਅਤੇ ਇਹਦੇ ਵਿੱਚ ਜਿਹੜਾ ਹੈਗਾ ਜੀ, ਹੁਣ ਉਹਨਾਂ ਨੇ ਇਹ ਕਰਤਾ, April 3 ਤੋਂ ਉਹਨਾਂ ਨੇ ਕਰਤਾ ਹੈਗਾ ਜੀ ਵੀ ਜੇ ਤੁਸੀਂ ਜਿਹੜੀ $2,00,000 ਵਾਲੀ ਇਨਵੈਸਟਮੈਂਟ ਸੀਗੀ ਉਹ $1,00,000 ਕਰ ਦਿੱਤੀ ਹੈਗੀ ਆ। ਪਰ ਇਹਦੇ ਨਾਲ ਜਿਹੜੀਆਂ ਹੋਰ ਜਿਹੜੀ ਸਟਰੈਂਗ ਹੈਗੀ ਆ ਜੀ, ਹੋਰ ਕਈ ਇਹਦੇ ਵਿੱਚ ਅਲੀਜੀਬਿਲਟੀ ਕ੍ਰਾਈਟੀਰੀਆ ਹੈਗਾ ਜਿਹੜਾ ਕਿ ਤੁਹਾਨੂੰ ਮੀਟ ਕਰਨਾ ਪੈਣਾ ਹੈਗਾ। ਅਤੇ ਇੱਕ ਮੇਨ ਗੱਲ ਜਿਹੜੀ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਉਹ ਇੱਦਾਂ ਹੈਗਾ ਵੀ ਤੁਹਾਨੂੰ ਪਹਿਲਾਂ ਓਪਨ ਵਰਕ ਪਰਮਿਟ ਮਿਲਣਾ, ਇਹ ਨਹੀਂ ਹੈਗਾ ਵੀ ਤੁਹਾਨੂੰ ਡਾਇਰੈਕਟ PR ਮਿਲ ਜਾਣੀ ਆ। ਤੁਹਾਨੂੰ ਪਹਿਲਾਂ ਓਪਨ ਵਰਕ ਪਰਮਿਟ ਮਿਲਣਾ, ਤੁਸੀਂ ਇੱਥੇ ਆ ਕੇ ਆਪਦਾ ਬਿਜ਼ਨਸ 'ਚ ਇਨਵੈਸਟ ਕਰੋਗੇ, ਉਹਨੂੰ ਚਲਾਵੋਗੇ, ਉਸ ਤੋਂ ਬਾਅਦ ਤੁਹਾਡੀ PR ਅਲਬਰਟਾ ਦੇ ਵਿੱਚ ਹੋਣੀ। ਇਹ ਗਰੇਵਾਲ ਸਾਹਿਬ ਇੱਕ ਗੱਲ 'ਤੇ ਕਲੀਅਰ ਕਰਿਓ ਵੀ ਇਹਦਾ ਮਤਲਬ ਵੀ ਇਹ ਸਟਰੀਮ ਪਹਿਲਾਂ ਤੋਂ ਚੱਲਦੀ ਆ ਪਰ ਹੁਣ $2,00,000 ਦੀ ਜਗ੍ਹਾ ਦੇ ਉੱਪਰ ਉਹਨਾਂ ਨੇ ਇਹ ਕਿਹਾ ਵੀ $1,00,000 ਦੇ ਵਿੱਚ ਆਪਾਂ ਕਰ ਲਵਾਂਗੇ। ਚਲੋ ਰਕਮ ਘੱਟ ਗਈ ਤਾਂ ਸਮਝ ਆ ਗਿਆ, ਪਰ ਇਹਦੇ ਨਾਲ ਜਿਹੜੀਆਂ ਤੁਸੀਂ ਕਿਹਾ ਕਿ ਹੋਰ ਚੀਜ਼ਾਂ ਨੇ ਜਾਂ ਹੋਰ ਕੁਝ ਸ਼ਰਤਾਂ ਨੇ, ਉਹ ਮੈਂ ਚਾਹੁੰਦਾ ਕਿ ਪਹਿਲਾਂ ਆਪਾਂ ਕਲੀਅਰ ਕਰ ਲਈ ਵੀ ਸ਼ਰਤਾਂ ਕੀ ਨੇ ਇਹਦੇ ਵਿੱਚ। ਉਸ ਤੋਂ ਬਾਅਦ ਜੇ ਮੰਨ ਲਓ ਵੀ ਉਹਨਾਂ ਸ਼ਰਤਾਂ ਨੂੰ ਕੋਈ ਪੂਰਾ ਕਰਦਾ ਹੋਊਗਾ ਫਿਰ ਆਪਾਂ ਅਗਲੀ ਡਿਟੇਲ 'ਤੇ ਚੱਲਦੇ ਹਾਂ ਵੀ ਹੋਰ ਕੀ ਚਾਹੀਦਾ ਨਾਲ। ਬਿਲਕੁਲ ਜੀ, ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈਗੀ ਆ ਉਹਦੇ ਵਿੱਚ ਹੈਗਾ ਵੀ ਤੁਹਾਨੂੰ ਇਹ ਜਿਹੜੀ ਤੁਸੀਂ ਜੇ $1,00,000 ਇੱਥੇ ਲਾਉਣਾ ਹੈਗਾ, ਤੁਹਾਡੀ ਨੈੱਟਵਰਥ ਜਿਹੜੀ ਹੈਗੀ ਆ ਉਹ $3,00,000 ਦੀ ਤੁਹਾਡੇ ਨੈੱਟਵਰਥ ਚਾਹੀਦੀ ਹੈਗੀ ਆ ਜੀ, ਜਿਹਦੇ ਵਿੱਚ ਤੁਹਾਡੀ ਜਾਂ ਤੁਹਾਡੇ ਸਪਾਊਸ ਦੀ ਨੈੱਟਵਰਥ ਹੁੰਦੀ ਹੈਗੀ। ਦੂਜਾ ਹੈਗਾ ਵੀ ਤੁਹਾਡਾ ਵਰਕ ਐਕਸਪੀਰੀਅੰਸ ਚਾਹੀਦਾ, ਤੁਹਾਨੂੰ 3 ਸਾਲ ਦਾ ਮੈਨੇਜਮੈਂਟ ਦਾ ਐਕਸਪੀਰੀਅੰਸ ਚਾਹੀਦਾ ਹੈਗਾ। ਅਤੇ ਇਹ ਕਿਉਂਕਿ ਆਮ ਤੌਰ 'ਤੇ ਜਿਵੇਂ ਅਸੀਂ ਪਹਿਲਾਂ ਵੀ ਇਨਵੈਸਟਮੈਂਟਸ ਕਰਵਾਈਆਂ $1,00,000 ਦੀਆਂ, ਕਈ ਇਨਵੈਸਟਮੈਂਟਸ BC ਦੇ ਵਿੱਚ ਪਹਿਲਾਂ ਪਾਇਲਟ ਪ੍ਰੋਗਰਾਮ ਦੇ ਵਿੱਚ ਅਸੀਂ ਕਰਵਾਈਆਂ ਹੈਗੀਆਂ। ਅਤੇ ਉਹ ਉਹਦੇ ਵਿੱਚ ਇਹ ਮੇਨ ਉਹ ਦੇਖਦੇ ਆ ਅਤੇ ਵੀ ਇੱਕ ਜਦੋਂ ਵੀ ਤੁਹਾਨੂੰ ਇੱਥੇ ਉਹ ਅਲਾਓ ਕਰਦੇ ਆ ਇਨਵੈਸਟਮੈਂਟ ਵਾਸਤੇ, ਉਹ ਇੰਟਰਵਿਊ ਲਈ ਜਾਂਦੀ ਆ, ਤੁਹਾਡੇ ਤੋਂ ਬਕਾਇਦਾ ਇੰਟਰਵਿਊ ਹੁੰਦੀ ਆ। ਅਤੇ ਇਹਦੇ ਵਿੱਚ ਇੱਕ ਬਿਜ਼ਨਸ ਪਲੈਨ ਆ, ਪਹਿਲਾਂ ਤੁਸੀਂ ਆਪਦਾ ਬਿਜ਼ਨਸ ਪਲੈਨ ਪ੍ਰਜੈਂਟ ਕਰਨਾ ਹੈਗਾ ਜਿਹੜੀ ਵੀ ਕਮਿਊਨਿਟੀ ਨੂੰ ਪ੍ਰਜੈਂਟ ਕਰਨਾ, ਅਤੇ ਉਹਨਾਂ ਨੇ ਉਸ ਉਹਦੇ ਬਾਰੇ ਤੁਹਾਡੇ ਤੋਂ ਇੰਟਰਵਿਊ
ਕਰਦੀ ਹੈਗੀ ਆ, ਉਹਨਾਂ ਨੇ ਦੇਖਣਾ ਵੀ ਬਾਕੀ ਤੁਸੀਂ ਆਹ ਬਿਜ਼ਨਸ ਇੱਥੇ ਚਲਾ ਸਕੋਗੇ। ਇਹਦੇ ਵਿੱਚ ਆਈਲੈਟਸ ਦੀ ਰਿਕੁਆਇਰਮੈਂਟ ਵੀ ਹੈਗੀ ਆ, ਆਈਲੈਟਸ ਦੀ 3.5 ਜਿਹੜੀ ਹੈਗੀ ਘੱਟ ਰੱਖੀ ਗਈ ਆ ਰਿਕੁਆਇਰਮੈਂਟ, 3.5 ਰੀਡਿੰਗ 'ਚ ਹੋਣ ਅਤੇ ਬਾਕੀਆਂ 'ਚ ਤੁਹਾਡੇ 4 ਬੈਂਡ ਹੋਣ, ਅਤੇ ਇੱਕ ਹਾਈ ਸਕੂਲ ਦੀ ਰਿਕੁਆਇਰਮੈਂਟ ਰੱਖੀ ਹੈ ਵੀ ਤੁਸੀਂ ਐਟਲੀਸਟ ਹਾਈ ਸਕੂਲ ਕੀਤਾ ਹੋਵੇ, ਅਤੇ ਇੱਕ ਜਿਹੜੀ ਹੋਰ ਰਿਕੁਆਇਰਮੈਂਟ ਹੈਗੀ ਆ ਜੀ ਵੀ ਤੁਸੀਂ ਜਿਹੜੇ ਵੀ ਇੱਥੇ ਬਿਜ਼ਨਸ ਇਨਵੈਸਟ ਕਰੋਗੇ ਉਹਦੇ ਵਿੱਚ ਤੁਸੀਂ ਇੱਕ ਜੋਬ ਜਨਰੇਟ ਕਰੋਗੇ। ਅਤੇ ਇਸ ਤੋਂ ਬਿਨਾਂ ਜਿਹੜੀ ਹੋਰ ਸਭ ਤੋਂ ਜਿਹੜੀ ਸਿਗਨੀਫਿਕੈਂਟ ਜਿਹੜੀ ਆਪਾਂ ਕਹਿੰਦੇ ਹਾਂ ਰਿਕੁਆਇਰਮੈਂਟ ਰੱਖੀ ਗਈ ਆ, ਉਹ ਇਹ ਰੱਖੀ ਗਈ ਵੀ ਇਹਦੇ ਵਿੱਚ ਆਮ ਤੌਰ 'ਤੇ ਇਹਦੇ ਵਿੱਚ ਕੈਲਗਰੀ ਐਡਮਿਟ ਜਿਹੜੇ ਕਿ ਅਲਬਰਟਾ ਦੇ ਦੋ ਵੱਡੇ ਸ਼ਹਿਰ ਆ ਉਹਨਾਂ ਨੂੰ ਇਸ ਇਨਵੈਸਟਮੈਂਟ ਤੋਂ ਬਾਹਰ ਰੱਖਿਆ ਗਿਆ ਹੈਗਾ। ਇਹਦੇ ਵਿੱਚ 22 ਕਮਿਊਨਿਟੀਜ਼ ਜਿਹੜੀਆਂ ਨੇ ਅਲਬਰਟਾ ਦੀਆਂ ਆਉਂਦੀਆਂ ਨੇ, ਪਰ ਤੁਹਾਨੂੰ ਜਦੋਂ ਇੱਥੇ ਹੈਗੀ ਆ ਉਹ ਕਮਿਊਨਿਟੀ ਦੇ ਵਿੱਚ ਕਮਿਊਨਿਟੀ ਤੋਂ ਤੁਹਾਨੂੰ ਲੈਟਰ ਲੈਣ ਪੈਣੀ ਹੈਗੀ ਆ ਜਦੋਂ ਤੁਸੀਂ ਇਹਦੇ ਵਾਸਤੇ ਵਰਕ ਪਰਮਿਟ ਅਪਲਾਈ ਕਰਨਾ। ਇਹ ਮੇਨ ਰਿਕੁਆਇਰਮੈਂਟਸ ਰੱਖੀਆਂ। ਸੋ ਮੋਟਾ ਮੋਟਾ ਜਿੰਨਾ ਮੈਨੂੰ ਸਮਝ ਆਇਆ ਉਹ ਇਹ ਹੈ ਗਰੇਵਾਲ ਸਾਹਿਬ ਕਿ ਉਹਨਾਂ ਨੇ ਪਹਿਲੀ ਗੱਲ ਤਾਂ ਇਹ ਵੇਖੀ ਕਿ ਬੰਦੇ ਕੋਲ ਮਾਇਆ ਹੋਵੇ, ਪੈਸਾ ਹੋਵੇ, ਉਹਦੇ ਵਿੱਚੋਂ ਜਿੰਨਾ ਉਹਨੇ ਇਨਵੈਸਟ ਕਰਨਾ ਉਹ ਤਾਂ ਚਾਹੇ ਲੱਖ ਡਾਲਰ ਹੀ ਆ, ਪਰ ਨੈਟਵਰਥ ਜਿਹੜੀ ਉਹ ਵਧੇਰੇ ਹੋਣੀ ਚਾਹੀਦੀ ਹੈ। ਦੂਸਰੀ ਗੱਲ ਇਹ ਹੋ ਗਈ ਕਿ ਵੀ ਉਹ ਜਿਹੜੀ ਉਹਨਾਂ ਨੇ ਪੜ੍ਹਾਈ ਲਿਖਾਈ ਵਾਲੇ ਪਾਸੇ ਵੀ ਆਈਲਟਸ ਦੇ ਕੋਈ ਜ਼ਿਆਦਾ ਬੈਂਡ ਨਹੀਂ ਚਾਹੀਦੇ, ਪਰ ਚਲੋ ਪਲੱਸ ਟੂ ਇੱਕ ਬੇਸਿਕ ਨੌਲੇਜ ਹਾਈ ਸਕੂਲ ਤੱਕ ਦੀ ਤੁਹਾਡੇ ਕੋਲ ਹੋਵੇ, ਪਰ ਉਹਦੇ ਨਾਲ ਨਾਲ ਜਿਹੜਾ ਐਕਸਪੀਰੀਅੰਸ ਹੈ ਮੈਨੇਜਮੈਂਟ ਦਾ ਜਿੱਦਾਂ ਤੁਸੀਂ ਕਿਹਾ ਉਹ ਜ਼ਰੂਰ ਹੋਣਾ ਚਾਹੀਦਾ। ਜਿਹੜਾ ਇੱਕ ਤੁਸੀਂ ਇਹ ਕਹਿੰਦੇ ਹੋ ਕਿ ਵੀ ਜਿਹੜੇ ਦੋ ਵੱਡੇ ਸ਼ਹਿਰ ਨੇ ਜੇ ਕੈਲਗਰੀ ਐਡਮਿੰਟਨ ਦੇ ਵਿੱਚ ਨਹੀਂ ਰਹਿਣਾ ਤਾਂ ਮੋਸਟਲੀ ਬੰਦਾ ਜਿਹੜਾ ਬਾਹਰੋਂ ਬੈਠਾ ਹੁੰਦਾ ਉਹ ਕਿਸੇ ਆਪਣੇ ਰਿਸ਼ਤੇਦਾਰ ਨੂੰ ਫੋਨ ਫਾਨ ਕਰਕੇ ਪੁੱਛੇ, ਉਹ ਕਹਿੰਦੇ ਵੀ ਹਾਂ ਯਾਰ ਕਿੱਥੇ, ਉਹ ਕਹਿੰਦੇ ਜੀ ਜਾਂ ਤਾਂ ਕੈਲਗਰੀ ਆ ਜਾਂ ਫਿਰ ਐਡਮਿੰਟਨ ਆ। ਉਹ ਹੋਰ ਫਿਰ ਕਿਹੜੇ ਐਸੇ ਛੋਟੇ ਸ਼ਹਿਰ ਪਿੰਡ ਜਾਂ ਟਾਊਨ ਨੇ ਜਿੱਥੇ ਇਹ ਆਪਸ਼ਨ ਹੋ ਸਕਦੀ, ਜੇ ਤੁਸੀਂ ਕੋਈ ਦੋ ਚਾਰ ਨਾਂ ਦੱਸ ਸਕੋ ਤਾਂ? ਬਿਲਕੁਲ ਜੀ, ਇਹਦੇ ਵਿੱਚ ਕਈ ਜਿਹੜੇ ਮੇਜਰ ਬਾਕੀ ਸ਼ਹਿਰ ਆ ਜਾਂਦੇ ਆ, ਜਿਵੇਂ ਹੁਣ ਤੀਜਾ ਲਾਰਜਸਟ ਸਿਟੀ ਹੋ ਜਾਂਦਾ ਅਲਬਰਟਾ ਦਾ ਰੈਡੀਅਰ ਹੈਗਾ ਜੀ, ਉਹ ਇਹਦੇ ਵਿੱਚ ਹੈਗਾ। ਗ੍ਰੈਂਡ ਪ੍ਰੇਰੀ ਹੈਗਾ ਜੀ, ਉਹਦੀ ਪਾਪੂਲੇਸ਼ਨ ਆ ਉਹ ਇਹਦੇ ਵਿੱਚ ਹੈਗਾ। ਲੈਥਬ੍ਰਿਜ ਇਹਦੇ ਵਿੱਚ ਹੈਗਾ, ਵੈਨਰਾਈਡ ਇਹਦੇ ਵਿੱਚ ਹੈਗਾ, ਵਟਾਸਮਨ ਜਿਹੜਾ ਹੈਗਾ ਜਿਵੇਂ ਮੈਂ ਕਹਾਂ 8 ਮਿੰਟ ਤੋਂ 40 ਮਿੰਟ ਦੂਰ ਹੈਗਾ, ਉਹ ਸ਼ਹਿਰ ਇਹਦੇ ਵਿੱਚ ਆ ਜਾਂਦੇ ਹੈਗੇ ਆ। ਅਤੇ ਇਹਦੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਤੁਸੀਂ ਜੇ ਤੁਹਾਡੀ ਫੈਮਿਲੀ ਆਲਰੇਡੀ ਅਲਬਰਟਾ 'ਚ ਆ ਉਹਨਾਂ ਨਾਲ ਰਲ ਕੇ ਵੀ ਤੁਸੀਂ ਇਹ ਬਿਜ਼ਨਸ ਕਰ ਸਕਦੇ ਹੋ। ਪ੍ਰੋਗਰਾਮ ਤਾਂ ਇਹ ਬਹੁਤ ਵਧੀਆ ਹੈਗੇ ਆ ਪ੍ਰੋਗਰਾਮ, ਈਵਨ ਜੇ ਅਸੀਂ ਕਹੀਏ ਵੀ ਇਹ ਸੇਮ ਪੈਟਰਨ 'ਤੇ ਇਨਵੈਸਟਮੈਂਟਸ ਅਸੀਂ ਕਰਵਾਈਆਂ ਨੇ ਅਤੇ 3-4 ਸਿਟੀ ਦੇ ਵਿੱਚ ਅਸੀਂ ਕਰਵਾ ਵੀ ਰਹੇ ਹੈਗੇ ਹਾਂ, ਪਰ ਇਹ ਜਿਵੇਂ ਵੀ ਮਤਲਬ ਇਹਨੂੰ ਦਿਖਾਇਆ ਜਾ ਰਿਹਾ ਹੈਗਾ ਵੀ ਇੱਕਦਮ ਤੁਸੀਂ ਕਰ ਦੋਗੇ ਉਹ ਗੱਲ ਨਹੀਂ ਹੈਗੀ, ਪਰ ਜੇ ਤੁਸੀਂ ਪ੍ਰੋਪਰ ਚੈਨਲ ਦੇ ਥਰੂ ਚੱਲਦੇ ਹੈਗੇ ਹੋ ਟਾਈਮ ਇਹਦੇ ਵਿੱਚ ਜ਼ਰੂਰ ਲੱਗਦਾ ਹੈਗਾ, ਫਿਰ ਇਹਦੇ ਵਿੱਚ ਤੁਹਾਡੇ ਵਧੀਆ ਸਕੋਪ ਹੈਗਾ ਜੀ ਵੀ ਤੁਸੀਂ ਇਹਦੇ ਵਿੱਚ ਆਪਣਾ ਬਿਜ਼ਨਸ ਸਟੈਬਲਿਸ਼ ਕਰਕੇ ਫਿਰ ਫੈਮਿਲੀ ਨਾਲ ਤੁਸੀਂ ਇੱਥੇ ਪੀਆਰ ਹੋ ਸਕਦੇ। ਤੁਸੀਂ ਕਿਹਾ ਵੀ ਜੇ ਤੁਹਾਡੇ ਰਿਸ਼ਤੇਦਾਰ ਨੇ ਇੱਥੇ ਤਾਂ ਤੁਸੀਂ ਉਹਨਾਂ ਦੇ ਨਾਲ ਪਾਰਟਨਰਸ਼ਿਪ ਕਰ ਸਕਦੇ ਹੋ, ਉਹਦੇ 'ਚ ਜਿਹੜੀ ਫੈਮਿਲੀ ਆ ਉਹ ਕੋਈ ਇਮੀਡੀਏਟ ਬਲੱਡ ਰਿਲੇਸ਼ਨ ਚਾਹੀਦਾ ਜਾਂ ਸੱਜਣ ਮਿੱਤਰ ਦੋਸਤ ਵੀ ਹੋ ਸਕਦੇ? ਉਹਦੇ ਵਿੱਚ ਕੋਈ ਵੀ ਦੋਸਤ ਮਿੱਤਰ ਕੋਈ ਵੀ ਹੋ ਸਕਦਾ ਹੈਗਾ ਜੀ, ਜੇ ਤੁਹਾਡੇ ਕੋਈ ਵੀ ਤੁਹਾਡੇ ਨਾਲ ਪਾਰਟਨਰਸ਼ਿਪ ਕਰਨਾ ਚਾਹੁੰਦਾ ਹੈ, ਕਿਉਂਕਿ ਨਵੇਂ ਬੰਦੇ ਨੂੰ ਕਈ ਵਾਰ ਆਉਂਦਾ ਹੈਗਾ ਵੀ ਐਕਸਪੀਰੀਅੰਸ ਨਹੀਂ ਹੁੰਦਾ ਹੈਗਾ ਬਿਜ਼ਨਸ ਦਾ ਕੈਨੇਡਾ ਦੇ ਵਿੱਚ। ਜੇ ਤੁਹਾਡਾ ਕੋਈ ਜਿਵੇਂ ਅਸੀਂ ਇਨਵੈਸਟਮੈਂਟਸ ਕਰਾਈਆਂ, ਜੇ ਕਿਸੇ ਦੀ ਟਰੱਕਿੰਗ ਕੰਪਨੀਜ਼ ਹੈਗੀਆਂ ਨੇ ਉਹ ਕਿਤੇ ਛੋਟੀ ਕਮਿਊਨਿਟੀ ਦੇ ਵਿੱਚ ਇੱਕ ਆਪਦਾ ਹੋਰ ਕਰਨਾ ਚਾਹੁੰਦਾ ਹੈਗਾ, ਜਾਂ ਕੋਈ ਆਪਦਾ ਜੇ ਕਿਸੇ ਦਾ ਪੀਜ਼ਾ ਸਟੋਰ ਹੈਗਾ ਉੱਥੇ ਕੋਈ ਹੋਰ ਪੀਜ਼ਾ ਸਟੋਰ ਖੋਲ੍ਹਣਾ ਚਾਹੁੰਦਾ ਇੱਦਾਂ ਦਾ ਹੈਗਾ, ਤਾਂ ਤੁਸੀਂ ਬਾਹਰੋਂ ਜੇ ਤੁਹਾਡਾ ਕੋਈ ਫਰੈਂਡ ਆਉਣਾ ਚਾਹੁੰਦਾ ਹੈਗਾ ਤੁਸੀਂ ਉਹਨਾਂ ਨਾਲ ਇਨਵੈਸਟਮੈਂਟ ਕਰ ਸਕਦੇ ਹੋ। ਇਹਦੀ ਇੱਕ ਪੂਰੀ ਲਿਸਟ ਹੈਗੀ ਆ ਜੀ ਵੀ ਤੇ ਕਿਹੜੇ ਕਿਹੜੇ ਬਿਜ਼ਨਸ ਦੇ ਵਿੱਚ ਕਿਹੜੀ ਕਮਿਊਨਿਟੀ ਨੂੰ ਕਿਹੜਾ ਬਿਜ਼ਨਸ ਚਾਹੀਦਾ ਹੈਗਾ, ਉਹਦੇ ਉਹ ਸਾਰੀ ਇੱਕ ਲਿਸਟ ਹੈਗੀ ਆ। ਉਹ ਕਿੱਥੋਂ ਪਤਾ ਲੱਗ ਸਕਦੀ ਹੈ ਜੀ ਲਿਸਟ ਤੁਹਾਡੇ ਕੋਲੋਂ ਜਾਂ ਕਿੱਦਾਂ? ਨਹੀਂ ਉਹ ਲਿਸਟ ਜਿਹੜੀ ਹੈਗੀ ਆ ਕਿ ਉਹ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹੈਗੇ ਆ ਜੀ, ਜਿਵੇਂ ਇਹਦੇ ਵਿੱਚ ਮੇਨ ਆ ਜਾਂਦੇ ਆ ਕਿਉਂਕਿ ਕਮਿਊਨਿਟੀ ਦੀ ਲੋੜ ਹੁੰਦੀ ਆ, ਅਸੀਂ ਹਰ ਕਮਿਊਨਿਟੀ ਦੇ ਜਿਵੇਂ ਇਕਨੋਮਿਕਲ ਜਿਹੜੇ ਡਿਵੈਲਪਮੈਂਟ ਆਫਿਸਰ ਹੁੰਦੇ ਆ ਉਹਨਾਂ ਨਾਲ ਅਸੀਂ ਕਿਉਂਕਿ ਇਨਵੈਸਟਮੈਂਟਸ ਕਰਵਾਉਂਦੇ ਰਹਿੰਦੇ ਹਾਂ ਉੱਥੇ ਜਾਂਦੇ ਰਹਿੰਦੇ ਹਾਂ, ਅਤੇ ਉਹ ਸਾਨੂੰ ਪਤਾ ਹੈਗਾ ਜਿਵੇਂ ਹੁਣ ਕਿਹੜੀ ਕਮਿਊਨਿਟੀ ਦੇ ਵਿੱਚ ਆਮ ਤੌਰ 'ਤੇ ਕਲੋਥਿੰਗ ਸਟੋਰ ਦੇ ਮੈਟਲ ਐਂਡ ਵੁੱਡ ਨਾਲ ਕੰਪਿਊਟਰ ਨਾਲ ਰਿਲੇਟਡ ਇਹ ਸਾਰੀਆਂ ਦੀ ਡਿਮਾਂਡ ਹੈਗੀ ਆ। ਹੁਣ ਜਿਵੇਂ ਇੱਕ ਇਨਵੈਸਟਮੈਂਟ ਅਸੀਂ ਕਰਾ ਰਹੇ ਹਾਂ ਉਹਨਾਂ ਨੂੰ ਮੈਟਲ ਦਾ ਐਕਸਪੀਰੀਅੰਸ ਹੈਗਾ, ਉਹਨਾਂ ਨੇ ਮੈਟਲ ਦੇ ਜਿਵੇਂ ਆਪਾਂ ਫਰੇਮਸ ਵਗੈਰਾ ਬਣਾਉਣੇ ਆ ਉਹੋ ਜਿਹੀ ਚੀਜ਼ ਕਰਨੀ ਆ ਉੱਦਾਂ ਦਾ ਹੈਗਾ। ਆਮ ਤੌਰ 'ਤੇ ਇਹਨਾਂ ਕਮਿਊਨਿਟੀਜ਼ ਦੇ ਵਿੱਚ ਫੋਨ ਰਿਪੇਅਰ ਦਾ ਕੰਪਿਊਟਰ ਦੀਆਂ ਸ਼ੋਪਸ ਇੱਦਾਂ ਦੀ ਕਾਫੀ ਡਿਮਾਂਡ ਹੈਗੀ ਆ। ਇੱਥੇ ਕਈ ਜਿਹੜੀਆਂ ਕਮਿਊਨਿਟੀਜ਼ ਆ ਉਹਨਾਂ ਦੇ ਵਿੱਚ ਪੱਬ ਅਤੇ ਰੈਸਟੋਰੈਂਟਸ ਉਹਨਾਂ ਦੀਆਂ ਡਿਮਾਂਡਸ ਹੈਗੀਆਂ ਨੇ। ਈਵਨ ਇੱਕ ਦੋ ਇੱਥੇ ਕਮਿਊਨਿਟੀਜ਼ ਹੈਗੀਆਂ ਉਹਦੇ ਵਿੱਚ ਇੰਡੀਅਨ ਰੈਸਟੋਰੈਂਟ ਦੀ ਵੀ ਡਿਮਾਂਡ ਹੈਗੀ ਆ। ਇੱਦਾਂ ਦੀਆਂ ਕਈ ਤਰ੍ਹਾਂ ਦੀਆਂ ਲਿਸਟਸ ਹੈਗੀਆਂ ਜਿਹੜੀਆਂ ਹਰ ਕਮਿਊਨਿਟੀ ਨੇ ਆਪਣੀਆਂ ਰੱਖੀਆਂ ਜੀ। ਅਤੇ ਇਹ ਇੱਕ ਚੀਜ਼ ਮੈਨੂੰ ਹੋਰ ਤੁਸੀਂ ਦੱਸ ਦਿਓ ਥੋੜ੍ਹੀ ਜਿਹੀ ਕਿ ਵੀ ਜੇ ਮੰਨ ਲਓ ਵੀ ਇਹ ਕਿਸੇ ਨੇ ਇਹ ਇਸ ਕੰਮ ਦੇ ਵਿੱਚ ਪੈਣਾ ਅਤੇ ਇੱਕ ਤਾਂ ਉਹ ਫੈਮਿਲੀ ਨਾਲ ਆਜੂਗਾ ਅਤੇ ਫੈਮਿਲੀ ਕਿੰਨੇ ਚਿਰ ਤੱਕ ਆਜੂਗੀ, ਅਤੇ ਜੇ ਆਪਾਂ ਪੀ ਆਰ ਦੀ ਗੱਲ ਕਰੀਏ ਤਾਂ ਉਹਦੇ 'ਤੇ ਕਿੰਨਾ ਟਾਈਮ ਲੱਗਦਾ, ਮੰਨ ਲਓ ਇਨਵੈਸਟਮੈਂਟ ਕਰਨ ਤੋਂ ਲੈ ਕੇ ਪੀ ਆਰ ਹੋਣ ਤੱਕ ਸਮਾਂ ਵਕਤ ਕਿੰਨਾ ਕੁ ਜੀ?
ਹਾਂਜੀ, ਇਹਦਾ ਮੈਂ ਪ੍ਰੋਸੈਸ ਦੱਸਦਾ ਜੀ। ਪ੍ਰੋਸੈਸ ਇਹ ਹੈਗਾ ਵੀ ਜਦੋਂ ਤੁਸੀਂ ਵਿਲਿੰਗ ਕੋਪੈਟੀ ਹੋ, ਇੱਕ ਇਹਦੇ 'ਚ ਆਮ ਤੌਰ 'ਤੇ ਦੱਸਿਆ ਜਾਂਦਾ ਹੈਗਾ ਵੀ ਤੁਸ ਇਹਦੇ ਵਿੱਚ ਆਹ ਮੇਨਲੀ ਜਿਹੜੀਆਂ ਕਮਿਊਨਿਟੀਜ਼ ਨੇ ਉਹ ਇਹ ਚਾਹੁੰਦੀਆਂ ਨੇ ਕਿ ਤੁਸੀਂ ਇੱਥੇ ਆ ਕੇ ਵਿਜ਼ਿਟ ਕਰੋ, ਕਿਉਂਕਿ ਆਮ ਤੌਰ 'ਤੇ ਇਹ ਨਹੀਂ ਦੱਸਿਆ ਜਾਂਦਾ ਹੈਗਾ ਵੀ ਤੁਹਾਨੂੰ ਪਹਿਲਾਂ ਵੀਜ਼ਾ ਆਉਣਾ ਚਾਹੀਦਾ ਹੈਗਾ, ਤਾਂ ਕਰਕੇ ਥੋੜ੍ਹਾ ਈਜ਼ੀ ਹੋਣੇ ਦਾ। ਮੋਸਟਲੀ ਕਮਿਊਨਿਟੀਜ਼ ਦੀ ਰਿਕੁਆਇਰਮੈਂਟ ਆ ਵੀ ਤੁਹਾਡੇ ਕੋਲ ਵੀਜ਼ਾ ਹੋਵੇ। ਇਹਦਾ ਪ੍ਰੋਸੈਸ ਇਹ ਹੁੰਦਾ ਹੈਗਾ ਜੀ, ਜਿਵੇਂ ਅਸੀਂ ਸਾਡੀ ਕੰਪਨੀ ਕਰਦੇ ਹਾਂ, ਜਦੋਂ ਅਸੀਂ ਤੁਹਾਡੀ ਪ੍ਰੋਫਾਈਲ ਸਾਰੀ ਰਿਵਿਊ ਕਰ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਕਮਿਊਨਿਟੀਜ਼ ਨਾਲ ਕੰਟੈਕਟ ਕਰਦੇ ਹੈਗੇ ਹਾਂ। ਜੇ ਜਦੋਂ ਕਮਿਊਨਿਟੀ ਅਸੀਂ ਤੁਹਾਡੀ ਪ੍ਰੋਫਾਈਲ ਉਹਨਾਂ ਨਾਲ ਸ਼ੇਅਰ ਕਰਦੇ ਹਾਂ, ਉਹਦੇ ਅਕੋਰਡਿੰਗ ਹੀ ਫਿਰ ਪਹਿਲਾਂ ਮਿਲਦਾ ਹੈਗਾ ਤੁਹਾਨੂੰ, ਜਦੋਂ ਪਹਿਲਾਂ ਬਿਜ਼ਨਸ ਪਲਾਨ ਆ, ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਬਿਜ਼ਨਸ ਪਲਾਨ ਆ, ਤੁਹਾਡਾ ਬਿਜ਼ਨਸ ਪਲਾਨ ਸਬਮਿਟ ਹੁੰਦਾ ਹੈਗਾ। ਉਸ ਤੋਂ ਬਾਅਦ ਜਦੋਂ ਬਿਜ਼ਨਸ ਪਲਾਨ ਤੋਂ ਬਾਅਦ ਫਿਰ ਤੁਹਾਨੂੰ ਕਮਿਊਨਿਟੀ ਲੈਟਰ ਮਿਲਦੀ ਆ, ਫਿਰ ਕਮਿਊਨਿਟੀ ਲੈਟਰ ਤੋਂ ਬਾਅਦ ਤੁਹਾਨੂੰ ਓਪਨ ਵਰਕ ਪਰਮਿਟ ਮਿਲਦਾ। ਓਪਨ ਵਰਕ ਪਰਮਿਟ ਆ ਜਿਹੜਾ ਤੁਹਾਡੀ ਸਾਰੀ ਫੈਮਿਲੀ ਨੂੰ ਮਿਲ ਜਾਂਦਾ ਹੈਗਾ। ਤੇ ਇਹਦੇ ਇਨ ਬਿਟਵੀਨ ਉਹਨਾਂ ਨੇ ਤੁਹਾਡੀ ਜਿਹੜੀ ਹੈਗੀ ਆ ਨੈਟਵਰਥ $3,00,000 ਦੀ, ਉਹ ਵੀ ਅਸੈਸ ਕਰਨੀ ਹੈਗੀ ਆ। ਤੇ ਉਸ ਤੋਂ ਬਾਅਦ ਜਦੋਂ ਤੁਸੀਂ ਓਪਨ ਵਰਕ ਪਰਮਿਟ ਤੇ ਤੁਹਾਨੂੰ ਟਾਈਮ ਮਿਲਦਾ 4-5 ਮਹੀਨੇ, ਜਿਹੜਾ ਕਿ ਤੁਸੀਂ ਬਿਜ਼ਨਸ ਪਲਾਨ ਦੇ ਵਿੱਚ ਦਿੱਤਾ ਹੋਣਾ। ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਜਦੋਂ ਬਿਜ਼ਨਸ ਚਲਾ ਲੈਂਦੇ ਹੋ, ਸਾਲ ਬਾਅਦ ਤੁਹਾਡੀ ਇਮੀਗ੍ਰੇਸ਼ਨ ਆਉਂਦੀ ਆ। ਟੋਟਲ ਆਲ ਟੂਗੈਦਰ ਜਿਹੜਾ ਹੈਗਾ 2-2.5 ਸਾਲ ਦਾ ਪ੍ਰੋਸੈਸ ਹੈਗਾ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਦੇ ਥਰੂ ਪੱਕੇ ਹੋਣ ਜੀ। ਤੇ ਗਰੇਵਾਲ ਸਾਹਿਬ, ਜੇ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ, ਤੁਹਾਡੇ ਦਫ਼ਤਰ ਨਾਲ ਸੰਪਰਕ ਕਰਨਾ ਹੋਵੇ ਤਾਂ ਕਿੱਦਾਂ ਹੋ ਸਕਦਾ ਜੀ? ਹਾਂਜੀ, ਤੁਸੀਂ ਸਾਡੇ 8 ਦਿੱਤੇ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। ਇੱਕ ਮੈਂ ਹੋਰ ਚਾਹੁੰਦਾ ਹੈਗਾ, ਜਦੋਂ ਤੁਸੀਂ ਕਦੇ ਵੀ ਇਨਵੈਸਟਮੈਂਟ ਪ੍ਰੋਗਰਾਮ ਦਾ ਪੁੱਛਣਾ, ਤਾਂ ਤੁਸੀਂ ਆਪ ਕਿਸੇ ਵੀ ਕੰਸਲਟੈਂਟ ਤੋਂ ਇਹ ਪੁੱਛੋ ਵੀ ਉਹਨੇ ਇਹਨਾਂ ਪ੍ਰੋਗਰਾਮ ਬਿਜ਼ਨਸ ਪ੍ਰੋਗਰਾਮ 'ਚ ਕਿੰਨਾ ਕੁ ਇਨਵੈਸਟ ਕਰਵਾਇਆ ਹੈਗਾ, ਜਾਂ ਵੀ ਜਾਂ ਉਹਦੇ ਕੋਲ ਪਹਿਲਾਂ ਕੀ ਐਕਸਪੀਰੀਅੰਸ ਹੈਗਾ। ਜਿਵੇਂ ਸਾਡੇ ਕੋਲ, ਮੈਂ ਤੁਹਾਨੂੰ ਦਿਖਾ ਸਕਦਾ ਹੈਗਾ, ਈਵਨ ਸਾਡੇ ਕੋਲ ਕਈ ਪਈਆਂ ਨੇ ਜਿਹੜੀਆਂ ਗੌਰਮੈਂਟ ਵੱਲੋਂ ਅਪਰੂਵਡ ਹੈਗੀਆਂ ਐਗਰੀਮੈਂਟ ਪਏ ਹੈਗੇ ਆ, ਅਦਰ ਕਮਿਊਨਿਟੀਜ਼ ਦੀਆਂ ਪਈਆਂ ਜਿਹੜੀਆਂ ਅਸੀਂ ਇਨਵੈਸਟਮੈਂਟਸ ਕਰਵਾਈਆਂ ਹੈਗੀਆਂ। ਕਿਉਂਕਿ ਜਿਹੜੇ ਇਹ ਪ੍ਰੋਗਰਾਮ ਹੁੰਦੇ ਆ ਇਹ ਨੈਕਸਸ ਬੇਸਿਸ ਹੁੰਦੇ ਆ, ਤੁਹਾਡਾ ਬਿਜ਼ਨਸ ਦਾ ਜਿਵੇਂ ਨੌਰਥ ਕੋਡ ਹੁੰਦਾ, ਜਿਹੜਾ ਇਹਦਾ ਹੁੰਦਾ ਬਿਜ਼ਨਸ ਦਾ ਨੌਰਥ ਅਮੈਰੀਕਨ ਇੰਡਸਟਰੀਅਲ ਕਲਾਸੀਫਿਕੇਸ਼ਨ ਸਿਸਟਮ ਦੇ ਅੰਡਰ ਆਉਂਦੀਆਂ ਨੇ, ਉਹਦੇ ਹੁੰਦਾ ਹੈਗਾ। ਤੁਸੀਂ ਸਾਡੇ ਕਿਸੇ ਵੀ ਆਫਿਸ ਦੇ ਵਿੱਚ ਕੰਟੈਕਟ ਕਰ ਸਕਦੇ ਹੈਗੇ ਹੋ, ਤੇ ਤੁਸੀਂ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਲੈ ਸਕਦੇ ਹੈਗੇ ਹੋ ਇਨਵੈਸਟਮੈਂਟ ਪ੍ਰੋਗਰਾਮ। ਗਰੇਵਾਲ ਸਾਹਿਬ, ਤੁਸੀਂ ਵਕਤ ਕੱਢਿਆ ਤੇ ਡਿਟੇਲ 'ਚ ਇਹ ਸਾਰਾ ਕੁਝ ਸਮਝਾਇਆ ਜੀ, ਬੜਾ ਧੰਨਵਾਦ ਤੁਹਾਡਾ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ, ਤੁਹਾਡੀ ਸਾਰੀ ਟੀਮ ਦਾ ਜੋ ਮੈਨੂੰ ਪਲੇਟਫਾਰਮ ਪ੍ਰੋਵਾਈਡ ਕਰਦੇ ਹੋ ਇਨਫੋਰਮੇਸ਼ਨ 'ਤੇ ਸ਼ੇਅਰ ਕਰਨ ਵਾਸਤੇ। ਥੈਂਕਸ ਲੋਟ, ਬਹੁਤ ਸ਼ੁਕਰੀਆ ਜੀ। ਸੋ ਆਸ ਕਰਦੇ ਹਾਂ ਜੀ ਵੀ ਇਸ ਪ੍ਰੋਗਰਾਮ ਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ। ਕੋਈ ਸਵਾਲ ਤੁਹਾਡਾ ਰਹਿ ਗਿਆ ਹੋਵੇ ਤਾਂ ਤੁਸੀਂ ਡਾਇਰੈਕਟ ਗਰੇਵਾਲ ਸਾਹਿਬ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ। ਹੁਣ ਦੀ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।